ਪੰਜਾਬ ਦੇ ਕਾਨੂੰਨ ਐਂਡ ਡਿਊਟੀ ਦੇ ਅੰਦਰ ਪੁਲਿਸ ਮੁਲਾਜ਼ਮ ਇਹ ਜਿਹੜਾ ਪੰਜਾਬ ਆ ਪੰਜਾਬ ਦੀ ਧਰਤੀ ਜਿਹੜੇ ਸੂਰਬੀਰ ਪੈਦਾ ਹੋਏ ਆ ਜਿੰਨੀਆਂ ਵੀ ਮੁਹਿੰਮਾਂ ਜਿਹੜੀਆਂ ਹੁਣ ਤੱਕ ਇਸ ਪੰਜਾਬ ਦੀ ਧਰਤੀ ਦੇ ਉੱਤੇ ਚੱਲੀਆਂ ਨੇ ਉਹਨਾਂ ਦੇ ਵਿੱਚ ਪੰਜਾਬੀਆਂ ਨੇ ਮੋਹਰੀ ਰੋਲ ਅਦਾ ਕੀਤਾ ਔਰ ਮੋਰਚੇ ਜਿਹੜੇ ਆ ਫਤਿਹ ਹੋਏ ਆ ਸੋ ਬੜੀ ਖੁਸ਼ੀ ਦੀ ਗੱਲ ਆ ਵੀ ਮੀਡੀਆ ਵੀ ਕਵਰੇਜ ਕਰ ਰਿਹਾ ਸਾਡੇ ਨਾਲ ਆ ਸੋ ਹਰ ਵਰਗ ਜਿਹੜਾ ਹਰ ਵਰਗ ਚਾਹੇ ਉਹ ਕਲਾਕਾਰ ਸਿੰਗਰ ਜਾਂ ਹੋਰ ਵੀ ਆਪਣੇ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਕਿਸੇ ਵੀ ਕਿੱਤੇ ਦੇ ਨਾਲ ਜੁੜੇ ਹੋਏ ਆ ਸਾਰਿਆਂ ਦੇ ਵੱਲੋਂ ਬਹੁਤ ਭਰਵਾਂ ਹੁੰਗਾਰਾ ਜਿਹੜਾ ਉਸ ਸੰਘਰਸ਼ ਨੂੰ ਮਿਲਦੇ ਆ ਸੋ ਮੇਰੇ ਵੀਰੋ ਕਈ ਵਾਰ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਸੱਜਿਓ ਖੱਬਿਓ ਕਈ ਗੱਲਾਂ ਵੀ ਸੁਣਨੀਆਂ ਪੈਂਦੀਆਂ ਕੁਛ ਸਾਡੇ ਵੀਰ ਕਹਿੰਦੇ ਲਓ ਜੀ ਇਹ ਵਿਹਲੇ ਆ ਘਰੋਂ ਆ ਕੇ ਸੜਕਾਂ ਰੋਕਣ ਲੱਗ ਪੈਂਦੇ ਆ ਕੋਈ ਗੱਲ ਹੈ ਨੀ ਜੀ ਐਵੇਂ ਬਸ ਜਨਤਾ ਨੂੰ ਪਰੇਸ਼ਾਨ ਕਰਨਾ ਦੇਖੋ ਮੇਰੇ ਵੀਰੋ ਕੋਈ ਵੀ ਬੰਦਾ ਜਿਹੜਾ ਉਹ ਘਰੋਂ ਵਿਹਲਾ ਨਹੀਂ ਹੈਗਾ ਆਪਾਂ ਜਦੋਂ ਸਵੇਰ ਨੂੰ ਉੱਠਦੇ ਹਾਂ ਬਿਸਤਰਾ ਛੱਡਦੇ ਹਾਂ ਮੈਂ ਦਾਅਵੇ ਦਾ ਕਹਿ ਸਕਦੇ ਹਰ ਬੰਦਾ ਜਿਹੜਾ ਉਹਦੇ 10 ਕੰਮ ਜਿਹੜੇ ਉਹਦੇ ਸ਼ਡਿਊਲ ਦੇ ਵਿੱਚ ਹੁੰਦੇ ਆ ਉਹਦੇ ਦੇ 10 ਕੰਮ ਜਿਹਦੇ ਵਿੱਚ 3-4 ਹੋ ਜਾਂਦੇ ਆ ਔਰ ਬਾਕੀ ਕੰਮ ਜਿਹੜੇ ਦੂਜੇ ਦਿਨ ਵਾਸਤੇ ਰਹਿ ਜਾਂਦੇ ਆ ਕਹਿਣ ਦਾ ਭਾਵ ਸ਼ਡਿਊਲ ਇੰਨਾ ਬਿਜੀ ਆ ਆ ਜਿੰਨੇ ਵੀ ਕਿਸਾਨ ਘਰਾਂ ਤੋਂ ਕੰਮ ਛੱਡ ਕੇ ਆਏ ਔਰ ਬਦਲੇ ਦੇ ਵਿੱਚ ਕੋਈ ਨਾ ਕੋਈ ਬੰਦਾ ਜ਼ਰੂਰ ਦੇ ਕੇ ਆਏ ਹੋਣਗੇ ਸੋ ਮੇਰੇ ਵੀਰੋ ਮੀਡੀਆ ਵੀ ਹਾਜ਼ਰ ਆ ਮੈਂ ਦੱਸ ਰਿਹਾ ਅਸੀਂ ਕੋਈ ਇਹ ਨਹੀਂ ਹੈਗਾ ਵੀ ਐਵੇਂ ਮਾਹੌਲ ਨੂੰ ਖਰਾਬ ਕਰਨ ਵਾਸਤੇ ਆਪਣੇ ਹੱਕਾਂ ਵਾਸਤੇ ਆਏ ਹਾਂ ਜਦੋਂ ਸਾਡਾ ਮੁਲਕ ਭਾਰਤ ਆਜ਼ਾਦ ਹੋਇਆ ਵੱਡੀ ਲੜਾਈ ਲੜੀ ਗਈ ਆਜ਼ਾਦੀ ਦੀ ਲੜਾਈ ਤੇ ਮੈਂ ਦਾਅਵੇ ਨਾਲ ਕਹਿ ਸਕਦਾ 100% ਦਾਅਵੇ ਨਾਲ ਜਿੰਨੇ ਵੀ ਸਾਡੇ ਵੀਰ ਇੱਥੇ ਬੈਠੇ ਆ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਹੋਣਗੇ ਚਾਹੇ ਉਹ ਅੱਜ ਇਸ ਦੁਨੀਆ ਦੇ ਉੱਤੇ ਨਹੀਂ ਆਜ਼ਾਦੀ ਦੇ ਸੰਘਰਸ਼ ਦੀ ਸੂਈ ਉਹਨਾਂ ਦੇ ਪਿੰਡ ਦੇ ਵਿੱਚ ਵੀ ਹੋਊਗੀ ਮੇਰਾ ਕਹਿਣ ਦਾ ਭਾਵ ਵੀ ਥੋੜਾ ਬੋਲਾ ਹਿੱਸਾ ਜਿਹੜਾ ਉਹਨਾਂ ਵੀ ਜ਼ਰੂਰ ਪਾਇਆ ਹੋਊਗਾ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਸਾਡਾ ਮੁਲਕ ਜਿਹੜਾ ਆਜ਼ਾਦ ਹੈ ਅੱਜ ਵਿਦੇਸ਼ੀ ਕਰੰਸੀ ਜਿਹੜੀ ਆ ਉਹ ਬਾਹਰਲੇ ਮੁਲਕਾਂ ਦੇ ਵਿੱਚੋਂ ਸਾਡੇ ਦੇਸ਼ ਦੇ ਵਿੱਚ ਆਉਂਦੀ ਹੈ ਸਾਡਾ ਮੁਲਕ ਕਮਾਉਂਦਾ ਵਾ